ਹੁਣ ਤੁਹਾਨੂੰ ਅਸੀਂ ਕੁਝ ਪੁਰਾਣੀਆਂ ਗੱਲਾਂ ਪੁਰਾਣੀ ਕਿਰਤ ਬਾਰੇ ਦੱਸਦੇ ਹਾਂ। ਸਜਣੇ ਨੂੰ ਬੈਠਣੇ ਸੀ ਫੜਨਾ, ਮੈਂ ਸਿਖਾ ਸਜਣ ਬੈਠ ਫੜੀ ਦਈ। ਸਚਿਨ ਨੂੰ ਡਰਦਾ ਹੁੰਦਾ ਸੀ ਬਰੈਡਲੀ ਤੋਂ। ਸਚਿਨ ਕਹਿੰਦਾ ਮੈਂ ਗ੍ਰਾਹ ਤਾਂ ਬਾਹਲਾ ਔਖਾ ਖੇਡਣਾ। ਮੈਂ ਦੱਸਿਆ ਮੈਂ ਕੋਈ ਗੱਲ ਨਹੀਂ ਮਾੜਾ ਅੱਗੇ ਹੋ ਜਾਏਗਾ ਕਰੀਜ ਤੂੰ ਸਵਿੰਗ ਨਾ ਹੁੰਦੇ ਕਰ ਮੈਂ ਦੱਸਦੀ। ਇਹ ਸੋਚਦੀ ਮੋਹਲੀ ਨਾਮ ਦਾ ਕਪਤਾਨ ਸੀ ਫੀਲਡਿੰਗ ਮੈਂ ਲਾਉਂਦਾ ਰਿਹਾ। ਆਹੋ ਰਾਤ ਨੂੰ ਅੱਜ ਇਹਨਾਂ ਨੇ ਕੋਚ ਬਣਾਤਾ 270 ਰਨ ਬਣ ਜਾਂਦੇ ਸੀ ਕਿਸੇ ਟੀਮ ਦੇ ਅਤੇ ਕਹਿ ਦਿੰਦਾ ਹੁੰਦਾ ਸੀ ਆਪਣੇ ਤੋਂ ਤਾਂ ਨਹੀਂ ਬਣਨੇ ਇੰਨੇ ਰਨ ਇੰਨੀ ਐਵਰੇਜ ਡਿਫੈਂਸ ਕਰਕੇ ਸਵਾਦ ਲਓ ਜਾ ਕੇ। ਉਹ ਦਵਿੰਦਰ ਸਮਾਂ ਘਰੀ ਮਾੜੇ ਮੋਟੇ ਚੌਕੇ ਮਾਰ ਕੇ ਕੋਸ਼ਿਸ਼ ਕਰਦੇ ਹੁੰਦੇ ਸੀ ਵਿਚਾਰੇ। ਆਹ ਮੁਹੰਮਦ ਕੈਫ ਜਦੋਂ ਇੱਕ ਛੱਕਾ ਨਹੀਂ ਵੱਜਾ ਉਮਰ ਸਾਰੀ ਲਾਵਾ ਤਬਾਹਤੀ ਅੱਜ ਕਮੈਂਟਰੀ ਕਰਦਾ ਫਿਰਦਾ। ਗੰਭੀਰ ਸਿੰਗਲ ਲੈ ਲੈ ਕੇ ਗੁਜ਼ਾਰਾ ਕਰਦਾ ਰਿਹਾ। ਅੱਜ ਗੰਭੀਰ ਕਿੰਨਾ ਧੋਨੀ ਹੈ ਯੁਵਰਾਜ ਹੈ ਤੁਸੀਂ ਪੁੱਛੋ ਸੀ ਗੰਭੀਰ ਤਾਂ ਕਿੰਨੇ ਛੱਕੇ ਨੇ ਜਾ ਕੇ ਗੱਲ ਕਰੋ ਗੰਭੀਰ ਨਾਲ। ਤੁਸੀਂ ਪਹਿਲਾਂ ਉਹਦੇ ਕਹਿਤ ਕੀਤਾ ਕਿ ਇੱਕ ਮੈਚ 93 ਰਨ ਸ਼੍ਰੀਲੰਕਾ ਖਿਲਾਫ਼ ਬਣਾ ਅਤੇ ਸ਼੍ਰੀਲੰਕਾ ਖਿਲਾਫ਼ ਤਾਂ ਰੇਟ ਹੀ ਚੱਲ ਜਾਂਦਾ ਸੀ। ਸਵਾਹ ਤਾਂ ਸੀ ਕਿ ਆਸਟ੍ਰੇਲੀਆ ਖਿਲਾਫ਼ ਚੱਲ ਰਹੇ ਤੁਸੀਂ ਸਾਡੇ ਉਹ ਸਾਡੇ ਪੈਰ ਨਿਕਲ ਜਾਂਦੇ ਹੁੰਦੇ ਸੀ। ਅਜੀਬ ਖਾਣਾ ਨਾਲ ਸਪੀਡ ਨਹੀਂ ਸੀ ਹੁੰਦੀ ਨਹਿਰੋ ਯਾਰੀ ਦੰਦ ਕੱਢਦੇ ਰਹਿੰਦੇ ਹੁੰਦੇ ਸੀ। ਮੈਂ ਫਾਜਾ ਹੁੰਦਾ ਸੀ ਨਹਿਰੋ ਦੰਦ ਨਹੀਂ ਸੀ ਰੁਕਦੇ ਹੁੰਦੇ। ਹੁਣ ਮੈਂ ਤੁਹਾਨੂੰ ਕੀ ਦੱਸਾਂ। ਹੁਣ ਮੈਂ ਕਹਿੰਦਾ ਕਿ ਚੱਲ ਇੰਨੀ ਉਮਰ ਹੋ ਗਈ ਛੱਡੋ ਪਰ ਆਪਾਂ ਕੀ ਲੈਣਾ ਕਿਸੇ ਨਾਲ ਬਹਿਣ ਕੇ ਆਪਾਂ ਆਪਦੇ ਅਖਬਾਰ ਪੜ੍ਹਦੇ ਹਾਂ। ਲਓ ਚੰਗਾ ਬਾਏ ਫਿਰ।